ਕੁੱਲ ਦੁਨੀਆਂ 'ਚ ਬੜੀ ਵੱਡੀ ਸ਼ਾਨ, ਸਾਰਾ ਇਹ ਮਾਨ, ਸਾਰਾ ਇਹ ਮਾਨ, ਮਾਨ ਤੇ ਗੁਮਾਨ, ਮਹਾਰਾਜਾ ਹਰੀ ਸਿੰਘ ਜੀ। ਕੁੱਲ ਦੁਨੀਆਂ 'ਚ ਬੜੀ ਵੱਡੀ ਸ਼ਾਨ, ਮਾਨ ਤੇ ਗੁਮਾਨ, ਉੱਚੀ ਬੜੀ ਸ਼ਾਨ, ਮਹਾਰਾਜਾ ਹਰੀ ਸਿੰਘ ਜੀ। ਬਣੀ ਤੇ ਬਸੋਲੀ ਜਾਂ ਬਲੌਰ ਦਿਖੀ ਲੈ, ਰਿਆਸੀ ਅਰਨਾਸ ਭਾਵੇਂ ਮੋਹਰ ਦਿਖੀ ਲੈ, ਉਧਮਪੁਰ ਨਗਰ ਚਨੈਣੀ ਦਿਖੀ ਲੈ, ਜੰਮੂ ਪਰਮੰਡਲ ਉੱਤਰ ਬੈਣੀ ਦਿਖੀ ਲੈ, ਰਾਵੀ ਤੇ ਚਨਾਬ ਵੀ ਠਾਠਾ ਮਾਰਦੇ, ਕੰਢੀ ਇਲਾਕਾ ਖੇਤਰੇ ਗੀ ਇਹ ਤਾਰਦੇ, ਉੱਜ ਕੰਨੇ ਤਵੀਏ ਦੀ ਸ਼ਾਨ ਬੱਕਰੀ, ਕਿੱਠਾ ਪਾਣੀ ਪੀਂਦੇ ਰਹੀਏ ਸ਼ੇਰ ਬੱਕਰੀ, ਰਘੁਨਾਥ ਮੰਦਿਰ ਦੀ ਸ਼ਾਨ ਸੱਜਣਾ। ਇਸ ਸਮੇਂ ਮੈਂ ਹਰੀ ਸਿੰਘ ਸਟੈਚੂ ਡੋਗਰਾ ਚੌਕ ਬਿਲਕੁਲ ਯਹਾਂ ਪੇ ਮੌਜੂਦ ਹੂੰ, ਔਰ ਯਹਾਂ ਪਰ ਜੋ ਹੈ ਜਿਸ ਤਰ੍ਹਾਂ ਸੇ ਆਪ ਸਭ ਜਾਣਤੇ ਹੈ ਕਿ ਜੰਮੂ ਕੇ ਡੁੱਗਰ ਰੁਮਾਲੋ ਰਾਮ ਜੀ, ਜੋ ਕਿ ਡੋਗਰੀ ਕੋ ਜੋ ਹੈ ਇੱਕ ਪ੍ਰਮੋਟਰ ਕੇ ਨਾਮ ਸੇ ਜਾਣੇ ਜਾਤੇ ਹੈ, ਉਨਕੋ ਜੋ ਹੈ ਪਦਮਸ਼੍ਰੀ ਅਵਾਰਡ ਮਿਲਾ ਥਾ, ਔਰ ਉਸੀ ਕੋ ਲੇਕਰ ਕੇ ਜੋ ਹੈ ਯਹਾਂ ਪੇ ਯੁਵਾ ਰਾਜਪੂਤ ਸਭਾ ਕੇ ਦੁਆਰਾ ਜੋ ਹੈ ਰੁਮਾਲੋ ਰਾਮ ਜੀ ਕੋ ਜੋ ਹੈ ਸਨਮਾਨਿਤ ਜੋ ਹੈ ਵੋ ਕੀਆ ਜਾ ਰਹਾ ਹੈ, ਔਰ ਯੇ ਕੁਛ ਤਸਵੀਰੇ ਹੈ ਆਪ ਇਹ ਜ਼ਰੂਰ ਦੇਖੀਏ, ਔਰ ਇਸੀ ਉਪਲਕਸ਼ ਮੇਂ ਜੋ ਹੈ ਹਮ ਇਨਸੇ ਬਾਤ ਵੀ ਕਰੇਂਗੇ, ਔਰ ਕਿਆ ਕਹਿਣਾ ਇਨਕਾ ਵੋ ਜ਼ਰੂਰ ਆਪ ਤੱਕ ਪਹੁੰਚਾਏਂਗੇ। ਮਹਾਰਾਜਾ ਹਰੀ ਸਿੰਘ ਜੀ, ਮਹਾਰਾਜਾ ਹਰੀ ਸਿੰਘ ਜੀ, ਮਹਾਰਾਜਾ ਹਰੀ ਸਿੰਘ ਜੀ, ਜੰਮੂ ਕਸ਼ਮੀਰ, ਜੰਮੂ ਕਸ਼ਮੀਰ, ਜੰਮੂ ਕਸ਼ਮੀਰ, ਤੁੰਦਾ ਸਾਰਿਆਂ ਦਾ ਇਹ ਡੁੱਗਰ ਦੀ ਪਾਵਨ ਧਰਤੀ ਸਾਰੀ ਜੰਮੂ, ਜਿਸ ਦਾ ਦੇਸ਼ ਵਿਦੇਸ਼ ਇੱਕ ਸੁੱਚਾ ਤੇ ਸੋਗਾ ਨਾਂ ਹੈ, ਡੋਗਰਾ ਪਰਿਵਾਰ ਦਾ ਦੇਸ਼ ਦੇ ਕੰਨੇ ਕੰਨੇ ਦੁਨੀਆ ਦੇ ਹਰ ਕੋਨੇ 'ਚ ਇੱਕ ਟਕੋਦਾ ਨਾਂ ਹੈ, ਕਿ ਜੇ ਡੋਗਰਾ ਪਰਿਵਾਰ ਨੇ ਕਦੇ ਵੀ ਕੋਈ ਕਸਰ ਨਹੀਂ ਛੋੜੀ, ਜਿਸ ਫੀਲਡ 'ਚ ਡੋਗਰਾ ਪਰਿਵਾਰ ਉਤਰੀ ਆ ਉਸ ਫੀਲਡ 'ਚ ਚਾਰ ਚੰਨ ਲਾਈ ਹੈ, ਉਹਨੇ ਮਾਂ ਬੋਲੀ ਡੋਗਰੀ ਦਾ ਝੰਡਾ ਜਿਹੜਾ ਉੱਚਾ ਕੀਤਾ ਹੈ, ਅਤੇ ਉਹ ਵੇਲਾ ਸਾਡੇ ਵਾਸਤੇ ਵੀ ਆਈ ਗਿਆ 9 ਮਈ ਗੀ, ਜਿਸ ਵੇਲੇ ਰਾਸ਼ਟਰਪਤੀ ਭਵਨ ਦੇ ਵਿੱਚ ਮਾਂ ਬੋਲੀ ਡੋਗਰੀ ਦੀ ਲੋਕ ਕਲਾ ਦਾ ਸਮਾਨ ਹੋਇਆ ਕਰਦਾ ਹਾਂ, ਤੋ ਮਿੱਕੀ ਲੱਗਾ ਕਰਦਾ ਕਿ ਸਮਸਤ ਡੁੱਗਰ ਜਿਹੜਾ ਉਹ ਆਪਣੇ ਵਿਹੜਿਆਂ 'ਚ ਨੱਚਰਦਾ ਹਾਂ, ਗਾਦਾ ਹਾਂ, ਔਰ ਮਾਂ ਬੋਲੀ ਦੇ ਸਮਾਨ ਵਾਸਤੇ ਜੈ ਕਰਾ ਕਰਦਾ, ਤੋ ਉਹ ਵੇਲਾ ਸੱਚ ਕੇ ਬੜਾ ਭਾਗਾ ਕਿ ਜੇ ਸਾਡੀ ਸਰਕਾਰ ਨੇ ਡੁੱਗਰ ਪ੍ਰਦੇਸ਼ ਦੇ ਉਸ ਨਿੱਕੇ ਜਿਹੇ ਥਾਰ, ਮੇਰਾ ਗ੍ਰਾਂ ਅਮਰੋਹ, ਤਹਿਸੀਲ ਰਾਮਨਗਰ, ਜ਼ਿਲ੍ਹਾ ਉਧਮਪੁਰ ਅਤੇ ਪ੍ਰਾਂਤ ਮੇਰਾ ਜੰਮੂ, ਉਹ ਡੁੱਗਰ ਦੀ ਪਾਵਨ ਧਰਤੀ ਉੱਥੋਂ ਦਾ ਤਾਲੀ ਹੈ, ਅਤੇ ਡੁੱਗਰ ਦੀ ਲੋਕ ਕਲਾ ਗੀ ਮਾਣ ਸਨਮਾਨ ਦਿੱਤਾ ਹੈ, ਅਤੇ ਉਸ ਉਪਲਕਸ਼ ਵਿੱਚ ਗਏ ਅੱਜ ਇਸ ਥਾਰ ਜਿਹੜੀ ਅਸ ਮਹਾਰਾਜਾ ਹਰੀ ਸਿੰਘ ਜੀ ਦੇ ਚਰਨੇ 'ਚ ਖਲੋਤੇ ਦੀਆਂ ਇਹ ਪਾਵਨ ਧਰਤੀ ਇੱਥੇ ਜੁਬਾ ਰਾਜਪੂਤ ਸਭਾ ਨੇ ਐਡਾ ਵੱਡਾ ਸਨਮਾਨ ਦਿੱਤਾ ਹੈ, ਕਿ ਜੇ ਇਹ ਸਾਰੇ ਇੱਕ ਮਨ ਹੋਈ ਹੈ, ਇਹਨੇ ਇੱਕੇ ਗੱਲ ਸੋਚੀ ਕਿ ਆਓ ਭਾਈ ਮਾਂ ਬੋਲੀ ਡੋਗਰੀ ਗੀ ਅਸ ਵੀ ਮਾਣ ਸਨਮਾਨ ਦੇ ਲੈ ਚਾਹੇ, ਤਾਂ ਬੇਨਤੀ ਕਰਨਾ ਕਿ ਪਰਮਾਤਮਾ ਇਹਨੇ ਸਾਰੇ ਗੀ ਇੱਕ ਇੱਕ ਪਰਿਵਾਰੇ ਗੀ ਕਲਾਕਾਰੇ ਗੀ ਸਾਹਿਤਕਾਰੇ ਗੀ ਅਤੇ ਮਾਂ ਬੋਲੀ ਦੇ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰੇ ਗੀ ਵੀ ਮਤੀ ਮਤੀ ਤਰੱਕੀ ਦੀ ਹੈ, ਖੁਸ਼ੀਆਂ ਦੀ ਹੈ, ਔਰ ਆ ਸਾਰੇ ਜਣੇ ਇੰਨਾ ਗਏ ਮਾਂ ਬੋਲੀ ਡੋਗਰੀ ਦੇ ਝੰਡੇ ਗੀ ਹੋਰ ਉੱਚਾ ਕਰਨ ਵਾਸਤੇ ਆਪਣਾ ਕਦਮ ਅਤੇ ਆਪਣੀ ਜਿਹੜੀ ਸਾਡੀ ਚਾਲ ਹੈ ਉਸ ਚਾਲ ਗੀ ਜਾਰੀ ਰੱਖਚੈ, ਤਾਂ ਜੇ ਸਮਸਤ ਦੇਸ਼ ਜਿਹੜਾ ਉਹ ਮਾਂ ਬੋਲੀ ਡੋਗਰੀ ਗੀ ਹੋਰ ਮਾਣ ਸਨਮਾਨ ਦੇ ਹੈ ਅਤੇ ਮਾਣ ਸਨਮਾਨ ਦੇਈਏ
ਡੋਗਰਿਆਂ ਦੀ ਇਹ ਉੱਚੀ ਸ਼ਾਨ ਬਣੀ ਆ। ਕੰਨੇ ਕੰਨੇ ਇੱਕ ਗੱਲ ਆਖਗਾ ਕਿ ਮੀਡੀਆ ਨੇ ਵੀ ਕੋਈ ਕਸਰ ਨਹੀਂ ਛੋੜੀ ਮਾਂ ਬੋਲੀ ਗੀ ਮਾਨ ਸਮਾਨ ਦੇਣ ਵਾਸਤੇ। ਤੁੰਦਾ ਵੀ ਮਾਂ ਬੋਲੀ ਡੋਗਰੀ ਹਰ ਪਰਿਵਾਰ ਕੀ ਮਤੀਆਂ ਉੱਚੀਆਂ ਉੱਚਾਈਆਂ ਦੀ ਹੈ ਅਤੇ ਉਹਦੇ ਕੰਨੇ ਕੰਨੇ ਤਰੱਕੀ ਦੀ ਹੈ, ਖੁਸ਼ੀਆਂ ਦੀ ਹੈ। ਅਤੇ ਆਉਂ ਇੱਕ ਬੇਨਤੀ ਕਰਗਾ ਹਰ ਇੱਕ ਪਰਿਵਾਰ ਕੀ, ਆਓ ਬੇਟੀਆਂ ਕੀ ਬੜੀਆ ਪੜ੍ਹਾਈ ਲੈ ਚੈ, ਬੇਟੀਆਂ ਕੀ ਹਰ ਕਲਾ ਕੰਨੇ ਜੋੜੀ ਲੈ ਚੈ। ਔਰ ਇਹਦਾ ਕੰਨੇ ਕੰਨੇ ਨੌਜਵਾਨੇ ਕੀ ਬੇਨਤੀ ਕਰਨਾ ਕਿ ਨੌਜਵਾਨ ਨਸ਼ੇ ਕੋਲਾਂ ਦੂਰ ਰਹੇ, ਪੜ੍ਹਾਈ ਪੜ੍ਹੀਏ, ਉੱਚਾਈਆਂ ਕੀ ਹਾਸਿਲ ਕਰੀਏ, ਆਪਣੇ ਦੇਸ਼ ਦਾ ਗੌਰਵ ਬਣੀ ਜਾ ਤਾਂ ਜੇ ਅਸ ਪੂਰੀ ਦੁਨੀਆ 'ਚ ਸਿਰਮੋਰ ਬਣੀ ਜਾਚੈ। ਇਹਦਾ ਸਿਰਮੋਰ ਬਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਆਓ ਆਪਣਾ ਆਪ ਬਣਾਉਣੇ ਕਿਤੇ ਨਸ਼ੇ ਕੋਲਾਂ ਦੂਰ ਰੋਚੈ, ਬੇਟੀਆਂ ਕੀ ਪੜ੍ਹਾਈ ਲੈ ਚੈ, ਅਤੇ ਸਾਰੀ ਵਿਰਾਸਤ, ਸਾਰੀ ਕਲਾ, ਸਾਰੀ ਭਾਸ਼ਾ, ਸਾਰਾ ਕਲਚਰ ਕੁੱਲ ਦੁਨੀਆ 'ਚ ਬੜੀ ਵੱਡੀ ਸ਼ਾਨ, ਸਾਰਾ ਇਹ ਮਾਨ, ਸਾਰਾ ਇਹ ਮਾਨ, ਮਾਨ ਤੇ ਗੁਮਾਨ, ਮਹਾਰਾਜਾ ਹਰੀ ਸਿੰਘ ਜੀ। ਕੁੱਲ ਦੁਨੀਆ 'ਚ ਬੜੀ ਵੱਡੀ ਸ਼ਾਨ, ਮਾਨ ਤੇ ਗੁਮਾਨ, ਉੱਚੀ ਬੜੀ ਸ਼ਾਨ, ਮਹਾਰਾਜਾ ਹਰੀ ਸਿੰਘ ਜੀ। ਬਣੀ ਤੇ ਬਸੋਲੀ ਜਾਂ ਬਲੌਰ ਦਿਖੀ ਲੈ, ਰਿਆਸੀ ਅਰਨਾਸ ਭਾਵੇਂ ਮੋਹਰ ਦਿਖੀ ਲੈ, ਉਧਮਪੁਰ ਨਗਰ ਚਨੈਣੀ ਦਿਖੀ ਲੈ, ਜੰਮੂ ਪਰਮੰਡਲ ਉੱਤਰ ਬੈਣੀ ਦਿਖੀ ਲੈ, ਰਾਵੀ ਤੇ ਝਨਾ ਪੀਏ ਠਾਠਾ ਮਾਰਦੇ, ਕੰਢੀ ਇਲਾਕਾ ਖੇਤਰੇ ਕੀ ਈਆ ਤਾਰਦੇ, ਉੱਜ ਕੰਨੇ ਤਵੀਏ ਦੀ ਸ਼ਾਨ ਬੱਕਰੀ, ਕਿੱਠਾ ਪਾਣੀ ਪੀਂਦੇ ਰਹੀਏ ਸ਼ੇਰ ਬੱਕਰੀ, ਰਘੁਨਾਥ ਮੰਦਰ ਦੀ ਸ਼ਾਨ ਸੱਜਣਾ, ਤ੍ਰੀਕੁਟਾ ਵੈਸ਼ਨੂ ਦਾ ਥਾਨ ਸੱਜਣਾ, ਮਿੱਠੀ ਸਾਡੀ ਡੋਗਰੀ ਜ਼ਬਾਨ ਸੱਜਣਾ, ਮਿੱਠੀ ਸਾਡੀ ਡੋਗਰੀ ਜ਼ਬਾਨ ਸੱਜਣਾ। ਮੈਂ ਬੜੀ ਬੜੀ ਵਧਾਈ ਦੇਵਾਂਗਾ ਪਹਿਲਾਂ ਤਾਂ ਰੁਮਾਲੂ ਰਾਮ ਹੋਰੇ ਜਿਹੜੇ ਪਦਮ ਸ਼੍ਰੀ ਅਵਾਰਡ ਕਰਨ ਸਨਮਾਨਿਤ ਕੀਤੇ ਗਏ ਨੇ, ਔਰ ਅੱਜ ਅਸੀਂ ਗਰਵ ਹੋਇਆ ਇਸ ਚੀਜ਼ ਦਾ ਕਿ ਸਾਡੇ ਭਰਾ ਕੋਈ ਅੱਗੇ ਨਿਕਲਣ, ਔਰ ਜਿਹੜਾ ਇਹਦਾ 35-40 ਸਾਲ ਦਾ ਕੈਰੀਅਰ ਹੈ ਅਤੇ ਇੰਨੀ ਮਿਹਨਤ ਕਰਨ ਦੇ ਬਾਅਦ ਜਿਹੜਾ ਇਹਨੇ ਕੀ ਅੱਜ ਸਨਮਾਨ ਮਿਲਿਆ, ਤਾਂ ਉਹਦੇ ਵਾਸਤੇ ਮੈਂ ਸਾਰੇ ਡੁੱਗਰ ਵਾਸੀਆਂ ਦਾ ਬੜਾ ਬੜਾ ਸ਼ੁਕਰ ਗੁਜ਼ਾਰ, ਔਰ ਡੁੱਗਰ ਵਾਸੀਆਂ ਦੀ ਜਿਹੜੀ ਦੁਆ ਇਹਦੇ ਕੰਨੇ ਚੱਲਦੀ ਹੈ ਹਮੇਸ਼ਾ ਹੀ, ਔਰ ਅੱਗੇ ਵੀ ਅਸ ਚਾਹੇ ਮਾਂ ਬਾਪ ਵਾਲੇ ਇਹਦੇ ਪਰ ਆਸ਼ੀਰਵਾਦ ਬਣਾਈਏ ਰੱਖਾ, ਔਰ ਅੱਗੇ ਵੀ ਇਹਨੇ ਕਿ ਇੰਨੀਆਂ ਕੁ ਕਾਮਯਾਬੀਆਂ ਮਿਲਣ, ਇਹ ਵੱਡੇ ਵੱਡੇ ਅਵਾਰਡ ਮਿਲ। ਅਸ ਭਗਵਾਨ ਅੱਗੇ ਇਹ ਪ੍ਰਾਰਥਨਾ ਕਰਕੇ ਅੱਜ ਯੁਵਾ ਰਾਜਪੂਤ ਸਭਾ ਦੀ ਟੀਮ ਨੇ ਜਿਹੜਾ ਇਹਨੇ ਕਿ ਇੱਥੇ ਸਨਮਾਨਿਤ ਕਰਨ ਵਾਸਤੇ ਬੁਲਾਇਆ, ਕਿਉਂਕਿ ਯੁਵਾ ਰਾਜਪੂਤ ਸਭਾ ਹਮੇਸ਼ਾ ਜਿਹੜਾ ਵੀ ਕੋਈ ਕੰਮ ਕਰਦੀ ਹੈ ਮਹਾਰਾਜਾ ਹਰੀ ਸਿੰਘ ਦੇ ਚਰਨੇ ਵਿੱਚ ਕਰਦੀ ਹੈ, ਤਾਂ ਅਸੀਂ ਲੱਗਿਆ ਕਿ ਅਸੀਂ ਕੀ ਇਹਦੇ ਕੋਲ ਵੱਡਾ ਮਾਨ ਸਮਾਨ ਅਸੀਂ ਉਹਦਾ ਨਹੀਂ ਦੇ ਸਕਦੇ। ਅੱਜ ਅਸੀਂ ਮਹਾਰਾਜਾ ਹਰੀ ਸਿੰਘ ਸਟੈਚੂ ਦੇ ਥੱਲੇ ਆਈਏ ਅਤੇ ਆਪਣਾ ਜਿਹੜਾ ਮਾਨ ਸਮਾਨ ਰੁਮਾਲੋ ਰਹੇ ਦੇ ਆਦੇ ਹਾਂ, ਇਹਦੇ ਬਾਅਦ ਇਹਦੇ ਕੋਲ ਵੱਡਾ ਕੋਈ ਉਪਲਬਧੀ ਨਹੀਂ ਹੈ। ਅਸ ਅੱਗੇ ਸਾਡੇ ਸੀਨੇ ਚੋੜੇ ਹੋਈਏ ਨੇ ਗਰਵ ਕੰਨੇ ਜਿਹੜਾ ਇਹਨੇ ਮਾਨ ਸਮਾਨ ਮਿਲਿਆ। ਮੈਂ ਬੜੀ ਬੜੀ ਵਧਾਈ ਦੇਵਾਂਗਾ ਆਪਣੇ ਡੁੱਗਰ ਸਮਾਜ ਦੀ ਤਰਫਾ, ਆਪਣੀ ਯੁਵਾ ਰਾਜਪੂਤ ਸਭਾ ਦੀ ਤਰਫਾ। ਜੈ ਹਿੰਦ, ਜੈ ਭਾਰਤ। ਸਨਮਾਨ ਦੀ ਜਗ੍ਹਾ ਦਿੱਤੀ ਹੈ ਪੂਰੇ ਇੰਡੀਆ ਵਿੱਚ, ਇੱਕ ਸਨਮਾਨ ਪ੍ਰਾਪਤ ਕੀਤਾ ਡੋਗਰੀ ਜਵਾਨ ਨੇ। ਹਾਂ, ਬੜੀ ਬੜੀ ਵਧਾਈ ਆ, ਔਰ ਮੈਂ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਹਨੇ ਐਡਾ ਵੱਡਾ ਮਾਨ ਸਨਮਾਨ ਸਾਡੇ ਡੋਗਰੇ ਕੀ ਬਖਸ਼ਿਆ।